ਨਿਰਕਾਰ ਵਾਲਾ ਸੁਖਪਾਲ ਸਿੰਘ 94 'ਚ ਉਹਨਾਂ ਨੂੰ ਚੁੱਕਿਆ ਸੀ ਅਤੇ ਉਹਨਾਂ ਦਾ ਫਰਜ਼ੀ ਅਕਾਊਂਟਰ ਬਣਾਇਆ ਹੈ ਰੋਪੜ ਜ਼ਿਲ੍ਹੇ ਲਾਗੇ। ਸੁਖਪਾਲ ਸਿੰਘ ਕਾਲਾ ਅਫਗਾਨਾ 'ਚ ਮੈਂ ਰਹਿਣ ਵਾਲੀ ਹਾਂ ਅਤੇ ਹੁਣ ਇਸ ਟਾਈਮ ਮੈਂ ਦਲਬੀਰ ਕੌਰ ਪੇਕਿਆਂ ਦੇ ਪਿੰਡ ਮੜੀਆਂਵਾਲ ਪਿੰਡ 'ਚ ਮੈਂ ਰਹਿੰਦੀ ਜੇ ਮੋਹਨ ਸਿੰਘ ਦੀ ਮੈਂ ਬੇਟੀ ਹਾਂ। ਅਤੇ ਸੁਖਪਾਲ ਸਿੰਘ ਨੂੰ ਘਰੋਂ ਚੁੱਕਿਆ ਸੀ ਉਹਨਾਂ ਨੇ ਅਤੇ ਉਹਦਾ ਮੁਕਾਬਲਾ ਬਣਾਇਆ ਸੀ, 25 ਲੱਖ ਦਾ ਨਾਮ ਲਿਆ ਸੀ ਗੁਰਨਾਮ ਸਿੰਘ ਵਡਾਲੇ ਦੇ ਨਾਂ 'ਤੇ। ਕਹਿੰਦੇ ਸੀ ਗੁਰਨਾਮ ਸਿੰਘ ਵਡਾਲਾ ਵੀ 25 ਲੱਖ ਦਾ ਨਾਮੀ ਉਹਨੂੰ ਸ਼ਹੀਦ ਕਰ ਦਿੱਤੀ, ਉਹਨੂੰ ਉਹਦਾ ਅਨਕਾਊਂਟਰ ਕੀਤਾ ਹੈ ਅਤੇ ਘਰ ਇਹਨਾਂ ਨੇ ਸੁਖਪਾਲ ਸਿੰਘ ਦਾ ਦਿੱਤਾ ਸੀ ਘਰੋਂ ਚੁੱਕ ਕੇ। ਉਦੋਂ ਮੇਰੀ 19 ਸਾਲ ਦੀ ਉਮਰ ਸੀ, ਉਹ 23 ਸਾਲਾਂ ਦੇ ਸੀ ਜਦੋਂ ਉਹਨਾਂ ਨੂੰ ਘਰੋਂ ਚੁੱਕਿਆ ਸੀ ਸੁਖਪਾਲ ਸਿੰਘ ਨੂੰ। ਅੱਜ ਮੈਨੂੰ ਇਨਸਾਫ ਮਿਲਿਆ, ਚਲੋ ਉਹਨਾਂ 'ਤੇ ਪਰਚੇ ਕੱਟੇ ਗਏ ਨੇ, ਮੈਨੂੰ ਇਨਸਾਫ ਇਹੋ ਚਾਹੀਦਾ ਵਾ ਕਿ ਉਹ ਜਿਸ ਤਰ੍ਹਾਂ ਮੇਰੇ ਨਾਲ ਉਹਨਾਂ ਨੇ ਕੀਤਾ ਹੈ, ਮੇਰੇ ਬੱਚਿਆਂ ਨਾਲ ਕੀਤਾ ਹੈ, ਮੇਰੇ ਘਰ ਵਾਲੇ ਨਾਲ ਕੀਤਾ ਹੈ, ਉਸ ਤਰ੍ਹਾਂ ਹੀ ਉਹਨਾਂ ਦੇ ਨਾਲ ਹੋਵੇ ਅਤੇ ਮੈਨੂੰ ਇਨਸਾਫ ਮਿਲੇ, ਮੇਰੇ ਬੱਚਿਆਂ ਨੂੰ ਇਨਸਾਫ ਮਿਲੇ। ਮੇਰਾ ਬੇਟਾ ਜਿਹੜਾ ਵਾ ਸੁਖਪਾਲ ਸਿੰਘ ਦਾ, ਬਲਰਾਜ ਸਿੰਘ, ਉਹ ਵੀ ਗੁਜ਼ਰ ਗਿਆ ਹੈ। ਉਹ ਵੀ ਇਹੋ ਹੀ ਆਉਂਦਾ ਹੁੰਦਾ ਸੀ, ਮੇਰਾ ਡੈਡੀ ਨਹੀਂ ਆਉਂਦਾ, ਮੇਰਾ ਡੈਡੀ ਨਹੀਂ ਆਉਂਦਾ, ਲੋਕਾਂ ਦੇ ਡੈਡੀ ਆਉਂਦੇ ਨੇ, ਸਾਡੀ ਮੰਮਾ ਜਾਇਦਾਦ ਕਿੱਥੇ ਗਈ ਹੈ। ਅਤੇ ਮੈਂ ਇਹੋ ਕਹਿਣਾ ਕਰਨਾ ਵੀ ਪੁੱਤ ਫਿਕਰ ਨਾ ਕਰ, ਤੂੰ ਜੋ ਜਵਾਨ ਹੋ ਗਿਆ ਵਾ, ਜੱਟ ਦੇ ਪੁੱਤ ਜਾਇਦਾਦ ਬਣਾ ਲੈਂਦੇ ਹੁੰਦੇ ਨੇ, ਕਮਾਈ ਕਰਨਗੇ। ਤੇ 26 ਸਾਲ ਮੈਂ ਬੜਾ ਭਾਜੀ ਰੋ ਰੋ ਕੇ ਕੱਟਿਆ ਵਾ, 24 ਘੰਟੇ ਮੇਰੇ ਅੱਖਾਂ 'ਚ ਅੱਥਰੂ ਆ ਜਾਂਦੇ ਨੇ, ਦਿਮਾਗ ਮੇਰੇ 'ਚ ਨੁਕਸ ਵੀ ਪੈ ਜਾਂਦਾ ਵਾ ਜਦੋਂ ਮੈਂ ਚਿੰਤਾ ਜ਼ਿਆਦਾ ਕਰਦੀ ਹਾਂ। ਜਦੋਂ ਸੁਖਪਾਲ ਸਿੰਘ ਨੂੰ ਲੈ ਗਏ ਸੀ, 2 ਸਾਲ ਮੰਜੀ ਤੋਂ ਮੈਂ ਉੱਠਣਾ ਨਾ ਕਰਨਾ, ਰੋ ਲੈਣਾ ਅਤੇ ਫਿਰ ਮੈਂ ਲੰਮੇ ਪੈ ਜਾਣਾ, ਰੋ ਲੈਣਾ ਅਤੇ ਫਿਰ ਮੈਂ ਲੰਮੇ ਪੈ ਜਾਣਾ। ਅਤੇ ਮੰਮੀ ਨੇ ਮੈਨੂੰ ਆਖਣਾ, ਉਹ ਦਲਬੀਰ ਆ ਜਾਣਾ, ਸੁਖਪਾਲ ਨੇ ਐਵੇਂ ਨਾ ਤੂੰ ਰੋਇਆ ਕਰ, ਅਤੇ ਆਪ ਮੇਰੇ ਤੋਂ ਲਾਂਭੇ ਹੋ ਹੋ ਕੇ ਉਹਨੇ ਰੋਣਾ ਕਰਨਾ। ਅਤੇ ਬੇਟਾ ਵੀ ਮੇਰਾ ਜਦੋਂ ਗੁਜ਼ਰਿਆ ਵਾ, ਉਦੋਂ ਤਾਂ ਮੈਂ ਬਹੁਤਾ ਹੀ ਤੜਫਣ ਰਿਹਾ ਪਈ ਹਾਂ ਵੀ ਇਹ ਕਿੱਦਾਂ ਮੇਰੇ ਨਾਲ ਹੋ ਗਈ, ਮੇਰਾ ਪੁੱਤਰ ਗੁਜ਼ਰ ਗਿਆ ਵਾ, ਇਹ ਤਾਂ ਮੇਰਾ ਸ਼ੇਰ ਪੁੱਤ ਹੀ ਸੁਖਪਾਲ ਸਿੰਘ ਦਾ ਬੇਟਾ ਸੀ, ਇਹ ਵੀ ਮੈਨੂੰ ਛੱਡ ਕੇ ਤੁਰ ਗਿਆ ਦੁਨੀਆ ਤੋਂ। ਉਹ ਵੀ ਇਹੋ ਗੱਲ ਆਉਂਦਾ ਹੁੰਦਾ ਸੀ, ਸਾਨੂੰ ਕਿੱਦਣ ਇਨਸਾਫ ਮਿਲਣਾ ਵਾ। ਉਹ ਮੇਰੇ ਨਾਲ ਵੀ ਜਾਂਦਾ ਹੁੰਦਾ ਸੀ ਅੰਮ੍ਰਿਤਸਰ ਜਦੋਂ ਕਰਨਲ ਸਾਹਿਬ ਸੱਦਦੇ ਹੁੰਦੇ ਸੀ, ਤੇ ਬਲਰਾਜ ਸਿੰਘ ਮੇਰੇ ਨਾਲ ਜਾਂਦਾ ਹੁੰਦਾ ਸੀ ਤੇ ਉਹਨੇ ਕਹਿਣਾ ਕਹਿਣਾ ਮਾਤਾ ਕਿੱਦਣ ਇਨਸਾਫ ਮਿਲਣਾ ਸਾਨੂੰ। ਤੇ ਚਲੋ ਅੱਜ ਮੇਰਾ ਪੁੱਤ ਜਿਉਂਦਾ ਹੁੰਦਾ, ਉਹਨੂੰ ਵੀ ਪਤਾ ਹੁੰਦਾ ਵੀ ਸਾਨੂੰ ਇਨਸਾਫ ਮਿਲਿਆ ਵਾ, ਉਹਨਾਂ ਤੇ ਪਰਚੇ ਕੱਟੇ ਗਏ ਨੇ। ਮੇਰਾ ਪੁੱਤਰ ਘਰੋਂ ਚੁੱਕ ਕੇ ਲੈ ਗਏ, ਰੋਂਦਿਆਂ ਧੋਂਦਿਆਂ ਰਿਹਾ ਲੰਘ ਗਿਆ ਸਾਰੀ, ਕੀ ਕਰ ਸਕਦੇ ਆ, ਸਿਦਕ ਕਰ ਰਿਹਾ, ਸਿਦਕ ਕੀਤਾ ਮੈਂ ਤਾਂ ਨਹੀਂ, ਉਹਨਾਂ ਨੂੰ ਵੀ ਏਦਾਂ ਹੀ ਹੋਵੇ ਤੇ ਇਨਸਾਫ ਸਾਨੂੰ ਪੂਰਾ ਮਿਲੇ। ਬੜਾ ਔਖਾ ਕੱਢਿਆ, ਕੋਈ ਨੀ ਹਾਲ ਮੇਰਾ, ਏਦਾਂ ਹੀ ਰੋਂਦਿਆਂ ਧੋਂਦਿਆਂ ਸਾਰੀ ਉਮਰ, ਪਿਓ ਰੋਂਦਾ ਤੁਰ ਗਿਆ, ਹੁਣ ਮੈਂ ਰਹਿ ਗਈ ਹਾਂ, ਮੈਂ ਵੀ ਏਦਾਂ ਹੀ ਜਦੋਂ ਚੇਤਾ ਹੁੰਦਾ ਉਦੋਂ ਰੋ ਰਹੀ ਹਾਂ, ਸਵੇਰੇ ਵੀ ਰੋਣ ਡਈ ਹਾਂ, ਜਦੋਂ ਚੇਤਾ ਹੁੰਦਾ ਉਹਦੇ ਜਦੋਂ ਦੱਸਣ ਡਿਆ ਸੀ ਜਾ ਕੇ ਤੇ ਫਿਰ ਮੈਂ ਰੋਣ ਡਈ ਹਾਂ, ਜਿੱਦਣ ਆਖਣਾ ਉਹਦੇ ਬੱਚੇ ਚੋਂ ਡੈਰੀ ਵੀ ਨਿਕਲੀ ਹੈ ਉਦਣ ਵੀ ਰੋਣ ਡਈ ਹਾਂ, ਰੋ ਰੋ ਕੇ ਮੈਂ ਆਪਣਾ ਆਪ ਨਹੀਂ ਛੱਡਿਆ, ਤੇ ਹੁਣ ਕੀ ਕਰ ਸਕਦੀ ਹਾਂ, ਮੇਰੀ ਭੇਸ ਨਹੀਂ ਗਈ ਕਿਸੇ ਪਾਸੇ, ਮੈਨੂੰ ਲੈ ਕੇ ਵੀ ਜਾਂਦੀ ਰਹੀ ਉੱਥੇ, ਮਤਲਬ ਆਉਂਦੀ ਰਹੀ ਹੈ, ਚੱਲ ਮੇਰੇ ਨਾਲ ਉੱਥੇ ਤੂੰ ਲੈ ਜਾ ਤੈਨੂੰ ਅਤੇ ਸਾਸੇ ਦੀ, ਮੈਂ ਇੱਕ ਵਾਰੀ ਲੈ ਕੇ ਗਈ ਹੈ ਤਾਂ ਉੱਥੇ ਲੁਧਿਆਣੇ ਉੱਥੇ ਜਾ ਕੇ ਮੈਨੂੰ ਆਉਂਦੀ ਹੈ ਵੀ ਉਹਨਾਂ ਨੂੰ ਪੁੱਛ ਆਉਂਦੇ ਨੇ ਵੀ ਉਹ ਸਾਨੂੰ ਮਰੂਤੀ ਗੱਡੀ 'ਤੇ 40 ਲੱਖ ਰੁਪਈਆ ਚਾਹੀਦਾ, 4 ਲੱਖ।